ਪੰਥ ਪ੍ਰਸਿੱਧ ਕੀਰਤਨੀਏ ਨਿਰਮਲ ਸਿੰਘ ਖਾਲਸਾ ਦੇ ਚਲਾਨੀ ਤੋਂ ਬਾਅਦ ਵੀ ਨਵੇਰਕਾ ਵਿੱਚ ਉਹਨਾਂ ਦਾ ਸੰਸਕਾਰ ਨਾ ਕਰਨ ਦੇਣ ਦੇ ਪਿੰਡ ਵਾਸੀਆਂ ਦੇ ਫੈਸਲੇ ਤੋਂ ਬਾਅਦ ਹਰ ਕੋਈ ਉਹਨਾਂ ਨੂੰ ਲਾਣਤਾ ਪਾ ਰਿਹਾ ਹੈ ਇੱਕ ਵਹਿਮ ਪਰਮ ਤਹਿਤ ਇੱਕ ਮਹਾਨ ਕੀਰਤਨੀਏ ਦੇ ਅੰਤਿਮ ਸੰਸਕਾਰ ਨਾ ਕਰਨ ਦੇਣ ਦਾ ਪਿੰਡ ਵਾਸੀਆਂ ਦੇ ਵਤੀਰੇ ਦਾ ਹਰ ਕੋਈ ਖੁੱਲ ਕੇ ਵਿਰੋਧ ਕਰ ਰਿਹਾ ਹੈ ਪਰ ਇਸ ਦਰਮਿਆਨ ਸਵਾਲੇ ਵੀ ਉੱਠੇ ਨੇ ਕਿ ਲੋਕਾਂ ਵਿੱਚ ਇਹ ਵਹਿਮ ਪਰਮ ਹੈ ਕਿ ਕਰੋਨਾ ਪੋਜ਼ਿਟਿਵ ਮਰੀਜ਼ ਦੀ ਲਾਸ਼ ਸਾੜੇ ਜਾਣ ਨਾਲ ਉਹਨਾਂ ਨੂੰ ਕਰੋਨਾ ਹੋਣ ਦਾ ਖਤਰਾ ਹੈ ਜਿਸ ਬਾਰੇ ਵੈਨਕੂਵਰ ਦੇ ਉੱਗੇ ਸਪੈਸ਼ਲਿਸਟ ਡਾਕਟਰ ਪ੍ਰਗਟ ਸਿੰਘ ਗੁਰਜੀ ਵੱਲੋਂ ਤੱਤ ਭਰਪੂਰ ਜਾਣਕਾਰੀ ਦਿੱਤੀ ਗਈ ਹੈ ਕਿ ਲੋਕਾਂ ਨੂੰ ਕਬਰਾਂਉਣ ਦੀ ਲੋੜ ਨਹੀਂ ਮ੍ਰਿਤਕ ਦੇਹ ਦੇ ਸੜਨ ਵੇਲੇ ਕਿਸੇ ਨੂੰ ਕੋਈ ਖਤਰਾ ਨਹੀਂ ਸੋ ਕਬਰਾਂਉਣ ਦੀ ਕੋਈ ਲੋੜ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਡਾਕਟਰ ਪ੍ਰਗਟ ਸਿੰਘ ਗੁਰਜੀ ਮੈਂ ਸਪੈਸ਼ਲਿਸਟ ਡਾਕਟਰ ਹੈਗਾ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਚ ਮੈਨੂੰ ਬੜਾ ਦੁੱਖ ਹੋਇਆ ਪਾਈ ਸਾ ਪਾਈ ਨਿਰਮਲ ਸਿੰਘ ਜੀ ਖਯੂਰੀ ਰਾਗੀ ਪਦਮ ਸ਼੍ਰੀ ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਸਾਰੇ ਰਾਗਾਂ ਦੇ ਵਿੱਚ ਕੀਰਤਨ ਗਾਇਨ ਕੀਤਾ ਸੀ 31 ਰਾਗਾਂ ਦਾ ਬਹੁਤ ਸੀ ਲੇਕਿਨ ਕੋਵਿਡ 19 ਤੋਂ ਜਦ ਉਹ ਆਪਣੇ ਪ੍ਰਾਨ ਤਿਆਗ ਗਏ ਉਸ ਦੇ ਬਾਅਦ ਜਿਹੜਾ ਕੁਝ ਹੋਇਆ ਉਸ ਤੋਂ ਵੀ ਜ਼ਿਆਦਾ ਦੁਖਦਈ ਉਹਨਾਂ ਦੇ ਹੀ ਜਿਲ੍ਹਾ ਨਿਵਾਸੀਆਂ ਨੇ ਇੱਕ ਡਰ ਦਾ ਮਾਹੌਲ ਸਮਝ ਲਿਆ ਵੀ ਉਹਨਾਂ ਦੇ ਸਰੀਰ ਦਾ ਜਦੋਂ ਦਾ ਸੰਸਕਾਰ ਹੋਣਾ ਵੀ ਕਿਤੇ ਲੋਕਾਂ ਨੂੰ ਵਾਇਰਸ ਨਾ ਚੰਬੜ ਜਾਏ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਜਦ ਸਮਝੋ ਮੇਰੀ ਬਾਡੀ ਡੈੱਡ ਹੋ ਗਈ ਔਰ ਮੈਨੂੰ ਕੋਵਿਡ 19 ਹੈਗਾ ਮੇਰੇ ਸੰਸਕਾਰ ਕਰਨ ਦੇ ਨਾਲ ਜਦੋਂ ਮੈਨੂੰ ਅੱਗ ਲਾਈ ਜਾਣੀ ਆ ਲੰਬੂ ਲਾਇਆ ਜਾਣਾ ਕਿਸੇ ਨੂੰ ਵੀ ਕੋਵਿਡ 19 ਨਹੀਂ ਹੋਣਾ ਸੋ ਇਹ ਭਰਮ ਵਹਿਮ ਔਰ ਪੁਲੇਖੇ ਜਿਹੜੇ ਹੈਗੇ ਆਪਣੇ ਮਨ ਤੋਂ ਕੱਢ ਦੋ ਸਰੀਰ ਹੈ ਸੁਖ ਹੈ ਦੁੱਖ ਹੈ ਨਾਲ ਮੋਟ ਵੀ ਹੈ ਜਿਹੜੇ ਨਿਕਟ ਵਰਤੀ ਉਹਨਾਂ ਦੇ ਪਰਿਵਾਰ ਵਾਲੇ ਹੈਗੇ ਜਦ ਹੋਰ ਵੀ ਗਾਂ ਚੱਲ ਕੇ ਇਹੋ ਜਿਹੇ ਕੇਸਸ ਆਣਗੇ ਜਦੋਂ ਸਾਡਾ ਪਿਆਰਾ ਕੋਈ ਚੜ੍ਹਾਈ ਕਰ ਜਾਊਗਾ ਉਹ ਬਾਡੀ ਨੂੰ ਅਸੀਂ ਨਾਤ ਹੋਈਏ ਜਿਹੜੇ ਰਸਮ ਰਿਵਾਜ ਥੋੜੇ ਘੱਟ ਕਰੀਏ ਅਸੀਂ ਗੁਰਬਾਣੀ ਦਾ ਉਚਾਰਨ ਕਰ ਸਕਦੇ ਆ ਅਰਦਾਸ ਕਰ ਸਕਦੇ ਆ ਬਹੁਤ ਵੱਡੀ ਮਾਤਰਾ ਚ ਨਾ ਇਕੱਠੇ ਹੋਈਏ ਫਿਜ਼ੀਕਲ ਡਿਸਟੈਂਸ ਜ਼ਰੂਰ ਰੱਖੀਏ ਵੀ ਇੱਕ ਦੂਜੇ ਬੰਦੇ ਦੇ ਵਿੱਚ ਕਰੀਬਨ ਕਰੀਬਨ 6 ਫੁੱਟ ਦਾ ਹੋਵੇ ਕਿਉਂਕਿ ਬੰਦੇ ਤੋਂ ਬੰਦੇ ਨੂੰ ਸਪਰੈਡ ਹੋਣਾ ਇਨਸਾਨ ਤੋਂ ਇਨਸਾਨ ਨੂੰ ਸਪਰੈਡ ਹੋਣਾ ਉਹ ਫਿਜ਼ੀਕਲ ਡਿਸਟੈਂਸ ਜ਼ਰੂਰ ਰੱਖੀਏ ਸਿਰਫ ਬਾਡੀ ਫਲੂਇਡ ਜਿਹੜੇ ਲੀਕ ਆਊਟ ਹੁੰਦੇ ਕਈ ਵਾਰ ਬਾਡੀ ਤੋਂ ਉਹਨਾਂ ਨੂੰ ਟੱਚ ਨਹੀਂ ਕਰਨਾ ਫੇਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੋ ਕੁਝ ਹੋਇਆ ਇਹ ਚੰਗਾ ਨਹੀਂ ਸੀ ਇਹ ਇੱਕ ਡਰ ਦਾ ਮਾਹੌਲ ਸੀ ਲੇਕਿਨ ਜਿਹੜੀ ਵੀ ਬਾਡੀ ਜਿਹਨੂੰ ਕਰੋਨਾ ਵਾਇਰਸ ਜਾਂ ਕੋਈ ਵੀ ਬਿਮਾਰੀ ਦਾ ਜਰਸਮ ਹੋਇਆ ਉਹ ਦੂਜਿਆਂ ਨੂੰ ਸਪਰੈਡ ਨਹੀਂ ਹੁੰਦਾ ਜਦੋਂ ਅਸੀਂ ਅੱਗ ਲੋਂਨੇ ਆ ਸੋ ਮੈਂ ਆਸ ਕਰਦਾ ਵੀ ਇਹ ਵੀਡੀਓ ਤੁਹਾਡੇ ਲਈ ਲਾਭਦਾਇਕ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ